ਸਰ ਸਾਡਾ ਕੋਰਟ ਕੇਸ ਚੱਲ ਰਿਹਾ ਸੀ ਕਈ ਸਾਲਾਂ ਤੋਂ। ਦੁਕਾਨ ਦੇ ਮਾਲਕ ਨਾਲ ਸਾਡੀ ਦੁਕਾਨ ਰੈਂਟ 'ਤੇ ਹੈਗੀ ਆ। ਅਸੀਂ ਉਸੇ ਮਸਲੇ 'ਚ ਆਪਣਾ ਵਕੀਲ ਸਾਹਿਬ ਨੂੰ ਮਿਲ ਕੇ ਆ ਰਹੇ ਸੀ ਅਤੇ ਵਾਪਸੀ 'ਤੇ ਮੇਰੇ 'ਤੇ ਬੰਦਿਆਂ ਨੇ ਹਮਲਾ ਕਰ ਦਿੱਤਾ। ਬੰਦੇ ਹੀ ਦੋ, ਮੇਰੇ ਦੁਕਾਨ ਦਾ ਮਾਲਕ, ਪਾਪਾ ਦੀ ਦੁਕਾਨ ਦਾ ਮਾਲਕ ਸੁਰਜੀਤ ਸਿੰਘ, ਉਹਦਾ ਮੁੰਡਾ ਸੋਨੂ ਅਤੇ ਉਹਦਾ ਜਵਾਈ ਅਤੇ ਨਾਲ ਉਹਦੇ 5-6 ਹੋਰ ਬੰਦੇ ਜਿਨ੍ਹਾਂ ਨੇ ਬਹੁਤ ਗੰਦੇ ਗੰਦੇ ਹਥਿਆਰ ਫੜੇ ਸੀ, ਦਾਤਰ, ਹੌਕੀਆਂ, ਤਲਵਾਰਾਂ। ਮੇਰੇ ਬਹੁਤ ਸੱਟਾਂ ਵੱਜੀਆਂ, ਮੇਰੀ ਲੈਫਟ ਜਿਹੜੀ ਆਮ ਹੈਗੀ ਆ ਫ੍ਰੈਕਚਰ ਹੋ ਗਈ। ਇਹਦੀ 2 ਤੋਂ 3 ਦੇ ਵਿੱਚ ਵਿੱਚ ਘਟਨਾ ਹੋਈ ਸੀ। ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸੀ। ਦੋਸ਼ੀ ਬਾਹਰ ਘੁੰਮਦੇ ਪਏ ਆਰਾਮ ਨਾਲ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ। ਪੁਲਿਸ ਬਾਰੇ ਰਿਪੋਰਟ ਦੀ ਵੇਟ ਕਰਦੀ ਪਈ ਹੈ, ਉਹਨਾਂ ਨੂੰ ਕੋਈ ਨਹੀਂ ਆਇਆ ਕਿ ਬਈ ਉਹ ਕਹਿੰਦੇ ਕਿ ਬਈ ਰਿਪੋਰਟ ਆ ਲੈਂਦਾ, ਉਸ ਤੋਂ ਬਾਅਦ ਹੀ ਕਾਰਵਾਈ ਹੋਏਗੀ ਹੋਏਗੀ, ਤਾਂ ਕਿ ਦੋਸ਼ੀ ਆਰਾਮ ਨਾਲ ਆਪਣੀ ਐਂਟੀਸਪੈਟਰੀ ਬੇਲ ਵਗੈਰਾ, ਸਾਰੇ ਮੁਲਾਜ਼ਮ ਜਿਹੜੇ ਹੈਗੇ, ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਸਾਰੇ ਖਰੀਦੇ ਜਾਣ, ਐਂਟੀਸਪੈਟਰੀ ਬੇਲ ਲੱਗੀ ਜਾ। ਹਾਂਜੀ, ਉਹਦੇ ਰਿਟਾਇਰਡ ਬੰਦਾ ਹੈਗਾ ਏ, 85-86 ਸਾਲ ਦਾ। ਉਹਦਾ ਮੁੰਡਾ ਇੱਧਰ ਆਇਆ ਹੋਇਆ ਸਪੈਸ਼ਲੀ, ਇਹ 4 ਮਹੀਨੇ ਹੋ ਗਏ, ਇਹ ਕੰਮ ਪਹਿਲਾਂ ਹੀ ਪ੍ਰੀ ਪਲੈਨਡ ਹੈਗਾ ਸੀ ਕਈ ਸਾਲਾਂ ਤੋਂ। ਉਹ ਸਿਰਫ ਇੱਕ ਮਹੀਨਾ ਜਾਂ 25 ਦਿਨ ਆਉਂਦਾ ਸੀ, 25-30 ਦਿਨ ਵਾਸਤੇ ਆਉਂਦਾ ਸੀ। ਇਸ ਵਾਰੀ ਉਹ 4 ਮਹੀਨੇ ਹੋ ਗਏ, ਹਾਲੇ ਵਾਪਸ ਨਹੀਂ ਗਿਆ, ਅਤੇ ਸਪੈਸ਼ਲੀ ਇਸੇ ਕੰਮ ਵਾਸਤੇ ਹੀ ਆਇਆ ਸੀ। ਸਰ ਉਹਦਾ ਮੁੰਡਾ NRI ਹੈਗਾ, ਕੰਮ ਬਾਰੇ ਨਹੀਂ ਪਤਾ ਕੰਮ। ਸਰ ਅਸੀਂ ਮੰਗਲਵਾਰ ਵਾਲੇ ਦਿਨ ਆਪਣੇ ਵਕੀਲ ਸਾਹਿਬ ਨੂੰ ਮਿਲ ਗਏ, ਉਹਨਾਂ ਦਾ ਆਫਿਸ ਕੋਰਟ ਦੇ ਵਿੱਚ ਛੁੱਟੀ ਸੀ। ਉਹਨਾਂ ਨੇ ਕਿਹਾ ਕਿ ਸਾਡੇ ਦੀ ਨਵਾਂ ਆਫਿਸ ਅਮਨ ਐਵਨਿਊ 'ਚ ਬੰਦ ਹੈ, ਅਤੇ ਤੁਸੀਂ ਉੱਥੇ ਆ ਕੇ ਸਾਨੂੰ ਮਿਲੋ, ਕੰਸਲਟ ਕਰ ਲਓ, ਮੇਰੇ ਲੀਗਲ ਐਡਵਾਈਜ਼ਰ ਹੈਗੇ। ਅਤੇ ਅਸੀਂ ਵੀ ਬਿਲਕੁਲ ਫ੍ਰੀ ਸੀ ਉਸ ਦਿਨ, ਮਾਰਕੀਟ 1:30-2 ਵਜੇ ਖੁੱਲ੍ਹੀ ਸੀ ਉਸ ਦਿਨ। ਅਤੇ ਉਹ ਦਿਨ ਮੈਂ ਆਪਣੇ ਬੇਟੇ ਦੇ ਨਾਲ ਵਕੀਲ ਸਾਹਿਬ ਨੂੰ ਮਿਲਣ ਚਲਾ ਗਿਆ। ਜਦੋਂ ਅਸੀਂ ਵਾਪਸ ਆ ਰਹੇ ਸੀ, 10-15 ਮਿੰਟ ਵਕੀਲ ਸਾਹਿਬ ਕੋਲ ਰੁਕੇ, ਉਹਦੇ 2 ਵਜੇ ਦਾ ਟਾਈਮ ਸੀ, 2:30 ਦੇ ਕਰੀਬ ਅਸੀਂ ਜਦੋਂ ਮਜੀਠਾ ਰੋਡ ਤੋਂ ਵਾਪਸ ਆ ਰਹੇ ਸੀ। ਇੱਕ ਏਰੀਆ ਪੈਂਦਾ ਟੈਗੋਰ ਐਵਨਿਊ 'ਚ ਪੈਂਦਾ, ਉਸ ਵਕਤ ਮੇਰਾ ਸਕੂਟਰ ਬੰਦ ਹੋ ਗਿਆ, ਪੈਟਰੋਲ ਦੇ ਦਰੋਂ ਲੱਗ ਗਿਆ। ਅਤੇ ਯਕੀਨੀ ਗੱਲ ਆ, ਓਲਡ ਸਕੂਟਰ ਦੇ ਵਿੱਚ ਪੈਟਰੋਲ ਰਿਜ਼ਰਵ ਕਰਨਾ ਸੀ, ਸਕੂਟਰ ਨੂੰ ਸਟੈਂਡ ਲਗਾਉਣਾ ਪਿਆ। ਔਰ ਉਸ ਤੋਂ ਬਾਅਦ ਅਸੀਂ ਸਟੈਂਡ ਹਾਲੇ ਲਗਾਇਆ ਸੀ, ਪਿੱਛੋਂ ਓਨਰ ਆਫ ਦਾ ਸ਼ੋਪ ਸੁਰਜੀਤ ਸਿੰਘ, ਉਹਦਾ ਮੁੰਡਾ NRI ਸੋਨੂ, ਅਤੇ ਉਹਦਾ ਦਿਮਾਗ ਦੇ ਨਾਲ 5-6 ਅਨਆਡੈਂਟੀਫਾਈਡ ਪਰਸਨ, ਜਿਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦਾ ਕੌਣ ਹੈਗੇ ਸੀ, ਔਰ ਹਰ ਬੰਦੇ ਦੇ ਹੱਥ ਵਿੱਚ ਹਥਿਆਰ ਫੜਿਆ ਹੋਇਆ ਸੀ। ਸੁਰਜੀਤ ਸਿੰਘ ਲਗਾਰਾ ਮਾਰਨ ਡਿਆ ਸੀ ਕਿ ਇਹੋ ਹੀ ਬੰਦੇ ਅੱਗੇ ਫੜ ਲਓ ਇਹਨਾਂ ਨੂੰ। ਅਤੇ ਉਹਦੇ ਮੁੰਡੇ ਨੇ ਪਹਿਲੇ ਅਟੈਮ, ਮੈਂ ਆਪਣੇ ਬੇਟੇ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਮੈਨੂੰ ਮਤਲਬ ਬਲੀਡਿੰਗ ਨਹੀਂ ਹੋਈ, ਬਾਕੀ ਸੱਟਾਂ ਸਾਰੀਆਂ ਸਲੱਗਰ ਹੌਕੀ ਦੇ ਨਾਲ ਮੇਰੇ 'ਤੇ ਅਟੈਕ ਹੋਇਆ, ਬੇਟੇ 'ਤੇ ਵੀ ਅਟੈਕ ਹੋਇਆ। ਲੇਕਿਨ ਬੇਟੇ ਨੇ 2-3 ਵਾਰ ਆਪਣੇ ਨੂੰ ਡਿਫੈਂਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਉਹ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਫਿਰ ਸੁਰਜੀਤ ਸਿੰਘ ਦੇ ਬੇਟੇ ਨੇ ਮਤਲਬ ਮੇਰੇ ਬੇਟੇ 'ਤੇ ਅਟੈਕ ਕਰ ਦਿੱਤਾ, ਉਹ ਨਾਲ 5-6 ਉਹਨਾਂ ਦੇ ਨਾਲ ਹੋਰ ਬੰਦੇ, 5 ਸੀ ਕਿ 6 ਸੀ, ਅਨਆਡੈਂਟੀਫਾਈ ਪਰ ਜਿਹਨਾਂ ਨੂੰ ਅਸੀਂ ਨਹੀਂ ਜਾਣਦੇ, ਉਹਨਾਂ ਦੇ ਮੂੰਹ ਢੱਕੇ ਹੋਏ ਸੀ, ਔਰ ਸਾਰੇ ਆਪ ਆਪਣੀ ਕਨਵੈਂਸ਼ ਉੱਤੇ ਗਏ ਸੀ। ਕੋਰਟ ਦੇ ਵਿੱਚ ਕੇਸ ਸਾਡਾ 10 ਸਾਲ ਤੋਂ ਚੱਲਦਾ, ਉਹਨੇ ਕਿਰਾਏ ਵਧਾਉਣ ਸੰਬੰਧੀ ਕੇਸ ਪਾਇਆ ਹੈ, ਅਤੇ ਜਿਹਦੇ ਵਿੱਚ ਸਾਡੀ ਅਪੀਲ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਕੀਤੀ ਹੈ, ਜਿਹਦਾ ਵਿਚਾਰ ਕਰਨ ਅਸੀਂ ਆਪਣੇ ਐਡਵੋਕੇਟ ਸਾਹਿਬ ਕੋਲ ਜਾ ਰਹੇ ਸੀ, ਔਰ ਉਹਨੇ ਇਹ ਚੀਜ਼ ਦਾ ਪੂਰੀ ਜਾਣਕਾਰੀ ਰੱਖੀ ਕਿ ਇਹ ਕਦੋਂ ਆਉਂਦੇ ਕਦੋਂ ਜਾਂਦੇ। ਰਣਜੀਤ ਦੇ ਨਾਲ ਉਹਨੇ ਰਣਜੀਤ ਕਾਫੀ ਦੇਰ ਤੋਂ ਸੀ। ਔਰ ਇੱਕ ਚੀਜ਼ ਮੈਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਅਥੋਰਿਟੀਜ਼ ਦੇ, ਕਿਉਂਕਿ ਸੁਰਜੀਤ ਸਿੰਘ ਦੇ ਖਿਲਾਫ਼ ਮੇਰੇ ਕੋਲ ਰਿਕਾਰਡ ਹੈਗਾ 2008 ਦੀ PGC ਰਿਪੋਰਟ, 2009, 2011 ਔਰ 2011-16। 2016 ਦੇ ਵਿੱਚ ਵੀ ਅਸੀਂ ਰਿਪੋਰਟ ਕੀਤੀ ਸੀ, ਜਦੋਂ ਸਾਨੂੰ ਫੋਰੈਸਟ ਚੌਂਕ ਦੇ ਵਿੱਚ ਵੀ ਰੋਕਿਆ ਗਿਆ ਸੀ, ਉਦੋਂ ਰਿਪੋਰਟ ਐਸੇ ਕਮਿਸ਼ਨਰ ਸਾਹਿਬ ਦੇ ਆਫਿਸ 'ਚ ਅਸੀਂ ਕੀਤੀ ਸੀ, ਨੰਬਰੀ ਦਰਖਾਸਤ ਵੀ ਸੀ। ਪੁਲਿਸ ਵੀ ਆਈ ਸੀ ਜੀ, ਪੁਲਿਸ ਦੇ ਇੰਸਪੈਕਟਰ ਸਾਹਿਬ ਆਏ ਸੀ, ਉਹ ਵੇਟ ਕਰ ਰਹੇ ਕਿ ਐਕਸਰੇ ਦੀ ਰਿਪੋਰਟ ਆਈ ਜਾਵੇ, ਉਸ ਤੋਂ ਬਾਅਦ ਅਸੀਂ ਤੁਹਾਡਾ ਕੇਸ ਰਜਿਸਟਰਡ ਕਰਨੇ ਆ। ਪੁਲਿਸ ਵੀ ਆ ਰਹੀ ਸੀ, ਲੇਕਿਨ ਹਾਲੇ ਫਿਲਹਾਲ ਸਾਨੂੰ ਪੁਲਿਸ ਇਹ ਬੰਦੇ ਜੀ ਆਪਣੇ ਉਹਨੇ ਅਣਪਛਾਤੇ ਲਿਖਾਏ ਆ ਜੀ, 5-6 ਬੰਦੇ, ਅਤੇ ਇਹਨਾਂ ਦਾ ਆਪਣੇ ਮਾਲਕ ਮਕਾਨ ਉੱਥੇ ਦੁਕਾਨ ਇਹਨਾਂ ਦੀ ਆਈਡੀਆ ਮਾਰਕੀਟ, ਉਹਨਾਂ ਨੇ ਇਹਨਾਂ ਦਾ ਆਪਸ ਵਿੱਚ ਹੈਗਾ ਕੋਈ ਖਾਲੀ ਕਰਾਉਣ ਦੇ ਬਾਰੇ ਆਪਸ ਵਿੱਚ ਚੱਲ ਰਿਹਾ ਜੀ, ਅਤੇ ਉਹਨਾਂ ਨੇ ਹਾਈ ਕੋਰਟ ਤੋਂ ਕੇਸ ਵੀ ਜਿੱਤਿਆ, ਸੁਪਰੀਮ ਕੋਰਟ ਤੋਂ ਵੀ ਜਿੱਤਿਆ, ਉਦੋਂ ਵੀ ਇਹਨਾਂ ਦੀ ਤੂੰ ਮੈਮ ਉੱਥੇ ਕਦੇ ਹੋਈ ਆ। ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗਾ, ਕੱਲ੍ਹ 4-4-17 ਨੂੰ ਪਤਾ ਲੱਗਾ ਵੀ ਉੱਥੇ ਝਗੜਾ ਆ, ਮੈਂ ਸਿੱਧਾ ਹੋਸਪਿਟਲ ਪਹੁੰਚਿਆ, ਕਾਕਾ ਉੱਥੇ ਹਸਪਤਾਲ ਦਾਖਲ ਹੀ ਰਾਹੁਲ ਕੁਮਾਰ, ਉੱਥੇ ਜਾ ਕੇ ਮੈਂ ਡਾਕਟਰ ਸਾਹਿਬ ਨੂੰ ਦਰਖਾਸਤ ਦਿੱਤੀ ਆ, ਡਾਕਟਰ ਸਾਹਿਬ ਨੇ ਦਰਖਾਸਤ 'ਤੇ ਅਨਫਿਟ ਲਿਖਤਾ ਜੀ। ਇਹ 5 ਤਰੀਕ ਨੂੰ ਗਿਆ ਜੀ ਬਿਆਨ ਹਾਸਲ ਕਰਨ, ਬਿਆਨ ਹਾਸਲ ਕੀਤਾ, ਉਹਨਾਂ ਕਿਹਾ ਜੀ ਆਪਣੇ ਐਕਸਰੇ ਰਿਪੋਰਟ ਆਉਣ 'ਤੇ ਮੈਂ ਆਪਣਾ ਪੂਰਾ ਕਾਨੂੰਨੀ ਕਾਰਵਾਈ ਕਰਾਉਣ ਦੇ ਸੰਬੰਧ ਵਿੱਚ ਬਿਆਨ ਦਊਂਗਾ। ਅਤੇ ਅੱਜ ਵੀ ਮੈਂ ਜਾ ਰਿਹਾ ਹੋਸਪਿਟਲ ਬਿਆਨ ਲਿਖਣ ਦੇ ਸੰਬੰਧ 'ਚ, ਉਹਨਾਂ ਦੇ ਡੈਡੀ ਦਾ ਰਾਜ ਕੁਮਾਰ ਜੀ ਦਾ ਫੋਨ ਆ ਗਿਆ
ਉਹ ਕਹਿੰਦੇ ਜੀ ਡਾਕਟਰ ਸਾਹਿਬ ਚੱਲ ਗਏ ਆ, ਸਵੇਰੇ 8 ਵਜੇ ਰਿਪੋਰਟ ਮਿਲ ਜੂਗੀ। ਜਾਂਚ ਚੱਲ ਰਹੀ ਹੈ ਜੀ, ਜਿਹੜੀ ਗੱਲ ਸਾਹਮਣੇ ਆਊਗੀ ਉਹਦੇ ਹਿਸਾਬ ਨਾਲ। ਜਿਹੜੀ ਜਗ੍ਹਾ ਤੇ ਸੱਟਾਂ ਲੱਗੀਆਂ ਜਿੱਥੇ ਉਹਨਾਂ ਨੇ ਇਹਨਾਂ ਨੂੰ ਘੇਰ ਕੇ ਵਾਟੋ ਕੀਤੀ ਹੈ, ਉੱਥੇ ਗਿਆ ਜੀ? ਉੱਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਨਹੀਂ? ਕੈਮਰੇ ਜੀ ਉਹ ਉਸ ਟਾਈਮ ਲਾਈਟ ਬੰਦ ਸੀ ਜੀ, ਇਸ ਕਰਕੇ। ਨਾਈਟ ਵਿਜ਼ਨ ਕੈਮਰੇ ਹੁੰਦੇ ਨੇ, ਨਾਈਟ ਵਿਜ਼ਨ ਕੈਮਰੇ ਦੀ ਉਹ ਅਸੀਂ ਉਹਨਾਂ ਦਾ ਕੈਮਰਾ ਦੇਖਿਆ, ਉਹਨਾਂ ਦੇ ਵਿੱਚ ਲਾਈਟ ਬੰਦ ਸੀ ਤੇ ਨਾਲੇ ਕੁੜੀ ਸਾਡੀ ਨੇ ਬੰਦ ਕਰ ਰੱਖਿਆ ਕੈਮਰਾ ਹੋਰ ਉੱਥੇ। ਹਾਂਜੀ ਉਹ ਅਸੀਂ ਸਮੂਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਵੀ ਨੌਜਵਾਨ ਮੈਂਬਰ ਹੈ ਉਹਨਾਂ ਵੱਲੋਂ ਅਸੀਂ ਇਕੱਤਰਤਾ ਕੀਤੀ ਗਈ ਹੈ ਅਤੇ ਅਰਦਾਸ ਬੇਨਤੀ ਕੀਤੀ ਹੈਗੀ ਅਕਾਲ ਪੁਰਖ ਅੱਗੇ ਤਾਂ ਜੋ ਸਾਨੂੰ ਬਲ ਉਦੋਂ ਬਖਸ਼ਣ ਅਤੇ ਅਸੀਂ ਸਹੀ ਤਰੀਕੇ ਦੇ ਨਾਲ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸੇਵਾ ਭਾਵਨਾ ਦੇ ਨਾਲ ਇਸ ਫੈਡਰੇਸ਼ਨ ਦੇ ਵਿੱਚ ਕੰਮ ਕਰ ਸਕੀਏ ਅਤੇ ਫੈਡਰੇਸ਼ਨ ਨੂੰ ਬੁਲੰਦੀਆਂ ਤੱਕ ਲੈ ਚੱਲੀਏ। ਭਾਵੇਂ ਕਿ ਕੰਮ ਕੀਤੇ ਗਏ ਆ ਪਰ ਫਿਰ ਵੀ ਸਾਨੂੰ ਮਹਿਸੂਸ ਹੁੰਦੀ ਹੈ ਕਿ ਜਿਹੜੀ ਆਪਣੇ ਨਿੱਜ ਨੂੰ ਸਾਹਮਣੇ ਰੱਖ ਕੇ ਕੰਮ ਕੀਤੇ ਗਏ ਨੇ ਅਤੇ ਜਿਹੜੀ ਫੈਡਰੇਸ਼ਨ ਦੀ ਅਸਲ ਸੰਵਿਧਾਨਕ ਜਿਹੜੀ ਨੀਤੀ ਸੀਗੀ ਉਸ ਨੂੰ ਉਲਾਂਭੇ ਕੀਤਾ ਗਿਆ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਿਹੜੇ ਵੀ ਕੰਮ ਕੀਤੇ ਨੇ, ਜਿਵੇਂ ਉਹਨਾਂ ਨੇ 1984 ਵਾਲੇ ਮਸਲੇ, ਦੰਗਿਆਂ ਦਾ ਮਸਲਾ ਉਠਾਇਆ ਹੋਇਆ, ਉਹਦੇ ਪ੍ਰਤੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਫਿਰ ਵੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਮੁੱਕਰੇ ਨੇ, ਜਿਸ ਦੇ ਕਰਕੇ ਅਸੀਂ ਸਾਨੂੰ ਇਹ ਗੱਲ ਹਰ ਕਿਸੇ ਬਰਦਾਸ਼ਤ ਨਹੀਂ ਹੋਈ, ਸੋ ਇਸ ਕਰਕੇ ਅਸੀਂ ਉਹਨਾਂ ਨੂੰ ਇਸ ਮੌਕੇ ਤੋਂ ਬਰਖਾਸਤ ਕਰਦੇ। ਯੂਥ ਨੇ ਹੀ ਅੱਗੇ ਆਉਣਾ ਹੈ ਜੀ, ਬਾਕੀ ਇਸ ਦੇ ਪ੍ਰਤੀ ਅਸੀਂ ਸਾਰੀ ਹਾਈ ਕਮਾਂਡ ਦੇ ਨਾਲ ਸਲਾਹ ਕਰਕੇ ਦੱਸ ਸਕਦੇ ਹਾਂ। ਮੇਰਾ ਨਾਮ ਭੁਪਿੰਦਰਪਾਲ ਸਿੰਘ ਹੈ। ਭੁਪਿੰਦਰ ਜੀ, ਜਿਹੜਾ ਅੱਜ ਸੇਵਾ ਮੁਕਤ ਕੀਤਾ ਗਿਆ, ਕਿਹੜੇ ਕਿਹੜੇ ਬੰਦੇ ਦੀ ਸੇਵਾ ਮੁਕਤ ਕੀਤਾ ਹੈ, ਕਿਉਂ ਕੀਤਾ ਹੈ? ਅੱਜ ਫੈਡਰੇਸ਼ਨ ਦੀ ਜਿਹੜੀ ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀਆਂ ਵੱਲੋਂ ਜੋ ਇੱਥੇ ਇਕੱਠ ਕੀਤਾ ਗਿਆ ਸੀ ਉਹਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਸਨ। ਉਹਨਾਂ 'ਚੋਂ ਪਹਿਲਾ ਮਤਾ ਇਹ ਸੀ ਕਿ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਇਕਰਾਰਨਾਮਾ ਕੀਤਾ ਗਿਆ ਸੀ ਉਹ ਤੋਂ ਮੁਕਰਨ ਕਰਕੇ ਫੈਡਰੇਸ਼ਨ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗਦੀ ਹੈ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਹੋਣ ਦੀ ਵਿਸ਼ਵਾਸ ਦਵਾਉਂਦੀ ਹੈ। ਦੂਜਾ ਮਤਾ ਫੈਡਰੇਸ਼ਨ ਵੱਲੋਂ ਇਹ ਪਾਸ ਕੀਤਾ ਗਿਆ ਕਿ ਅੱਜ ਤੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਨੌਜਵਾਨ ਵਿਦਿਆਰਥੀਆਂ ਦੀ ਜਥੇਬੰਦੀ ਹੋਵੇਗੀ ਅਤੇ ਇਸ ਮਤੇ ਦੀ ਪੂਰਤੀ ਲਈ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਅਤੇ ਭਾਈ ਜਗਰੂਪ ਸਿੰਘ ਜੀ ਚੀਮਾ ਨੂੰ ਉਹਨਾਂ ਦੇ ਅਹੁਦਿਆਂ ਤੋਂ ਅਤੇ ਫੈਡਰੇਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਸੇਵਾ ਮੁਕਤ ਕੀਤਾ ਜਾਂਦਾ ਹੈ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਨਾਲ ਇਕਰਾਰਨਾਮਾ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਸਿਧਾਂਤਕ ਏਕਤਾ ਦਾ ਐਲਾਨ ਕੀਤਾ ਸੀ ਅਤੇ 14 ਮਾਰਚ ਨੂੰ ਨਾਨਕਸ਼ਾਹੀ ਨਵੇਂ ਵਰ੍ਹੇ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਕਮਾਨ ਵਿਦਿਆਰਥੀਆਂ ਹੱਥ ਸੌਂਪਣ ਤੋਂ ਬਾਅਦ ਦਲ ਖਾਲਸਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।